ਹੈਲੋ ਫਰੈਂਡਸ, ਮੈਂ ਲੱਕੀ ਇੱਕ ਵਾਰੀ ਫਿਰ ਤੋਂ ਤੁਹਾਡੇ ਨਾਲ। ਹੋਪ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਣੇ ਆ। ਮੈਂ ਵੀ ਬਿਲਕੁਲ ਠੀਕ ਠਾਕ ਹਾਂ। ਫਰੈਂਡਸ, ਅੱਜ ਦੀ ਜਿਹੜੀ ਮੈਂ ਸਟੋਰੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ, ਇਹ ਬਹੁਤ ਹੀ ਵਧੀਆ ਸਟੋਰੀ ਹੈਗੀ ਅਤੇ ਆਪਾਂ ਨੂੰ ਬਹੁਤ ਹੀ ਵਧੀਆ ਮੈਸੇਜ ਦਿੰਦੀ ਹੈਗੀ। ਕਹਿੰਦੇ ਇੱਕ ਪੁਰਾਣੇ ਜ਼ਮਾਨੇ ਦੀ ਗੱਲ ਹੈ, ਇੱਕ ਰਾਜਾ ਹੁੰਦੇ ਸੀ, ਉਹਨਾਂ ਕੋਲ ਚਾਰ ਰਾਣੀਆਂ ਸੀਗੀਆਂ, ਅਤੇ ਯਾਨੀ ਕਿ ਚਾਰ ਉਹਨਾਂ ਦੀਆਂ ਵਾਈਫ ਸੀਗੀਆਂ, ਅਤੇ ਬਹੁਤ ਹੀ ਪ੍ਰਤਾਪੀ ਰਾਜਾ ਸੀ ਉਹ। ਅਤੇ ਇੱਕ ਵਾਰੀ ਜਦੋਂ ਰਾਜਾ ਓਲਡ ਹੋ ਜਾਂਦੇ ਆ ਅਤੇ ਆਪਣੀ ਆਖਰੀ ਏਜ 'ਚ ਪਹੁੰਚ ਜਾਂਦੇ ਆ, ਤਾਂ ਉਹਨੂੰ ਲੱਗਦਾ ਕਿ ਹੁਣ ਮੈਂ ਜ਼ਿਆਦਾ ਦਿਨ ਜ਼ਿੰਦਾ ਨਹੀਂ ਰਹਿਣਾ, ਅਤੇ ਆਪਣੀਆਂ ਚਾਰੋਂ ਰਾਣੀਆਂ ਨੂੰ ਬੁਲਾਉਂਦੇ ਹੈਗੇ ਅਤੇ ਕਹਿੰਦੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਆਪਣੀ ਚੌਥੀ ਰਾਣੀ ਨੂੰ ਬੁਲਾਉਂਦੇ ਹੈਗੇ, ਜਿਹਨੂੰ ਰਾਜਾ ਬਹੁਤ ਹੀ ਪਿਆਰ ਕਰਦਾ ਸੀਗਾ, ਅਤੇ ਹਮੇਸ਼ਾ ਉਹਦੇ ਵਾਸਤੇ ਡਾਇਮੰਡ ਅਤੇ ਸੋਹਣੇ ਸੋਹਣੇ ਕੱਪੜੇ ਬਣਵਾਉਂਦਾ ਸੀਗਾ, ਅਤੇ ਬਹੁਤ ਸਾਰੇ ਉਹਨੂੰ ਗਿਫਟਸ ਦਿੰਦਾ ਸੀਗਾ। ਅਤੇ ਰਾਣੀ ਨੂੰ ਬੁਲਾ ਕੇ ਉਹ ਪੁੱਛਦਾ ਹੈਗਾ ਕਿ ਮਰਨ ਤੋਂ ਬਾਅਦ ਤੂੰ ਮੇਰੇ ਨਾਲ ਮਰੇਂਗੀ ਅਤੇ ਮੇਰੇ ਨਾਲ ਚੱਲ, ਕਿਉਂਕਿ ਮੈਂ ਇਕੱਲਾ ਜਾਣਾ ਨਹੀਂ ਚਾਹੁੰਦਾ। ਅਤੇ ਰਾਣੀ ਕਹਿੰਦੀ ਸੋਰੀ ਮੈਂ ਇਹ ਨਹੀਂ ਕਰ ਸਕਦੀ, ਅਤੇ ਕਹਿ ਕੇ ਰੂਮ 'ਚੋਂ ਬਾਹਰ ਨਿਕਲ ਜਾਂਦੀ ਆ। ਫਿਰ ਉਹ ਆਪਣੀ ਤੀਸਰੀ ਰਾਣੀ ਨੂੰ ਬੁਲਾਉਂਦਾ ਹੈਗਾ, ਜਿਹੜੀ ਬਹੁਤ ਹੀ ਬਿਊਟੀਫੁੱਲ ਸੀ ਅਤੇ ਹਮੇਸ਼ਾ ਰਾਜਾ ਹਮੇਸ਼ਾ ਹਰ ਜਗ੍ਹਾ ਉਹਨੂੰ ਨਾਲ ਲੈ ਕੇ ਜਾਂਦਾ ਹੁੰਦਾ ਸੀਗਾ। ਅਤੇ ਉਹਨੂੰ ਪੁੱਛਦਾ ਹੈਗਾ ਕਿ ਤੂੰ ਮੇਰੇ ਨਾਲ ਚੱਲੇਂਗੀ? ਅਤੇ ਉਹ ਕਹਿੰਦੀ ਨਹੀਂ ਸੋਰੀ, ਮੈਂ ਤਾਂ ਨਹੀਂ ਤੁਹਾਡੇ ਨਾਲ ਮਰ ਸਕਦੀ, ਕਿਉਂਕਿ ਮੈਂ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਪਿਆਰ ਕਰਦੀ ਹੈਗੀ, ਅਤੇ ਮੈਂ ਤੁਹਾਡੇ ਮਰਨ ਤੋਂ ਬਾਅਦ ਮੈਂ ਦੂਜਾ ਵਿਆਹ ਕਰਾ ਲੂੰਗੀ। ਅਤੇ ਰਾਜਾ ਬਹੁਤ ਡਿਸਪੁਆਇੰਟ ਹੁੰਦੇ ਆ। ਫਿਰ ਉਹ ਆਪਣੀ ਸੈਕਿੰਡ ਵਾਈਫ ਨੂੰ ਬੁਲਾਉਂਦੇ ਹੈਗੇ ਆ, ਅਤੇ ਉਹਨਾਂ ਨੂੰ ਉਹਦੇ 'ਤੇ ਬਹੁਤ ਯਕੀਨ ਹੁੰਦਾ ਕਿਉਂਕਿ ਉਹ ਹਮੇਸ਼ਾ ਹਰ ਦੁੱਖ ਸੁੱਖ ਵਿੱਚ ਉਹਨਾਂ ਦਾ ਸਾਥ ਦਿੰਦੀ ਸੀ। ਅਤੇ ਉਹਨੂੰ ਬੁਲਾ ਕੇ ਪੁੱਛਦੇ ਆ ਕਿ ਤੂੰ ਮਰਨ ਤੋਂ ਬਾਅਦ ਮੇਰੇ ਨਾਲ ਚੱਲ, ਮੈਨੂੰ ਇਕੱਲਿਆ ਡਰ ਲੱਗਦਾ ਹੈਗਾ, ਅਤੇ ਤੂੰ ਵੀ ਮੇਰੇ ਨਾਲ ਮਰ। ਅਤੇ ਉਹ ਕਹਿੰਦੀ ਹੈ ਕਿ ਸੋਰੀ, ਮੈਂ ਤੁਹਾਡੇ ਨਾਲ ਨਹੀਂ ਜਾ ਸਕਦੀ, ਕਿਉਂਕਿ ਮੈਂ ਤੁਹਾਡੇ ਸਾਰੇ ਅਰੇਂਜਮੈਂਟ ਕਰ ਸਕਦੀ ਹਾਂ ਜਿਹੜੇ ਵੀ ਮਰਨ ਤੋਂ ਬਾਅਦ ਦੇ ਹੁੰਦੇ ਹੈਗੇ, ਪਰ ਮੈਂ ਤੁਹਾਡੇ ਨਾਲ ਨਹੀਂ ਜਾ ਸਕਦੀ। ਅਤੇ ਇੰਨੇ 'ਚੋਂ ਪਿੱਛੋਂ ਇੱਕ ਆਵਾਜ਼ ਆਉਂਦੀ ਹੈ, ਅਤੇ ਉਹ ਕਹਿੰਦੀ ਹੈ ਮੈਂ ਤੁਹਾਡੇ ਨਾਲ ਚੱਲੂੰਗੀ, ਜਿੱਥੇ ਵੀ ਤੁਸੀਂ ਕਹੋਗੇ ਮੈਂ ਤੁਹਾਡੇ ਨਾਲ ਹੀ ਚੱਲੂੰਗੀ। ਅਤੇ ਰਾਜਾ ਇੱਕਦਮ ਦੇਖਦਾ, ਉਹਨਾਂ ਦੀ ਪਹਿਲੀ ਵਾਈਫ ਹੁੰਦੀ ਹੈ ਜਿਹਦੇ 'ਤੇ ਉਹਨਾਂ ਨੇ ਕਦੇ ਵੀ ਧਿਆਨ ਨਹੀਂ ਦਿੱਤਾ ਸੀਗਾ। ਅਤੇ ਰਾਜਾ ਬਹੁਤ ਸ਼ਰਮਿੰਦਾ ਹੁੰਦਾ ਆ, ਅਤੇ ਕਹਿੰਦਾ ਕਿ ਮੈਨੂੰ ਮਾਫ਼ ਕਰ ਦੇ, ਮੈਂ ਤਾਂ ਤੇਰੇ 'ਤੇ ਕਦੇ ਧਿਆਨ ਹੀ ਨਹੀਂ ਦਿੱਤਾ। ਅਤੇ ਇਹ ਕਹਾਣੀ ਆਪਾਂ ਨੂੰ ਜਿਵੇਂ ਇੱਕ ਮੈਸੇਜ ਦਿੰਦੀ ਹੈਗੀ ਆ, ਰਾਜਾ ਅਤੇ ਰਾਣੀ ਉਹਨਾਂ ਨੇ ਐਗਜ਼ਾਮਪਲ ਰੱਖੇ ਆ, ਆਪਣੇ ਸਾਰਿਆਂ ਕੋਲ ਚਾਰ ਵਾਈਫ ਹੈਗੀਆਂ, ਚੌਥੀ ਵਾਈਫ ਆਪਾਂ ਹਮੇਸ਼ਾ ਜਿਹਨੂੰ ਆਪਣੀ ਬੋਡੀ ਨੂੰ ਸਮਝਦੇ ਹਾਂ, ਜਿਹਨੂੰ ਆਪਾਂ ਸਜਾਉਂਦੇ ਹਾਂ, ਵਧੀਆ ਵਧੀਆ ਗਹਿਣੇ ਕੱਪੜੇ ਪਾਉਂਦੇ ਹਾਂ, ਅਤੇ ਆਪਾਂ ਨੂੰ ਲੱਗਦਾ ਹੈ ਕਿ ਇਹ ਸਾਡੇ ਨਾਲ ਚੱਲੂਗੀ, ਪਰ ਐਂਡ ਟਾਈਮ 'ਤੇ ਇਹ ਵੀ ਆਪਣੇ ਨਾਲ ਨਹੀਂ ਚੱਲਦੀ। ਅਤੇ ਔਥਰ ਇਹਦੇ 'ਚ ਸਮਝਾਉਣਾ ਚਾਹ ਰਿਹਾ, ਜਿਹੜੀ ਤੀਜੀ ਵਾਈਫ ਹੈਗੀ ਹੈ, ਜਿਹੜਾ ਆਪਾਂ ਧਨ ਦੌਲਤ ਜੋੜਦੇ ਹਾਂ, ਜਾਂ ਆਪਾਂ ਨੂੰ ਲੱਗਦਾ ਕਿ ਆਪਾਂ ਆਪਣੇ ਕੋਲ ਵਧੀਆ ਤੋਂ ਵਧੀਆ ਸਮਾਨ ਹੈਗਾ, ਵਧੀਆ ਤੋਂ ਵਧੀਆ ਗੱਡੀਆਂ ਕੋਠੀਆਂ ਕਾਰਾਂ, ਇਹਨਾਂ ਨੂੰ ਆਪਾਂ ਸਮਝਦੇ ਹਾਂ, ਪਰ ਐਂਡ ਟਾਈਮ 'ਤੇ ਇਹ ਵੀ ਨਹੀਂ ਆਪਣੇ ਨਾਲ ਜਾਂਦੀਆਂ। ਅਤੇ ਸੈਕਿੰਡ ਵਾਈਫ ਆਪਣੀ ਜਿਹੜੀ ਹੁੰਦੀ ਆ, ਆਪਾਂ ਸਮਝਦੇ ਹਾਂ ਉਹ ਹੈਗੀ ਆ ਜੀ ਆਪਣੇ ਬੱਚੇ ਅਤੇ ਫੈਮਿਲੀ, ਅਤੇ ਜਾਂ ਆਪਣੇ ਰਿਸ਼ਤੇਦਾਰ ਹੈਗੇ ਆ, ਅਤੇ ਇਹ ਵੀ ਐਂਡ ਟਾਈਮ 'ਤੇ ਆਪਣਾ ਆਖਰੀ ਯਾਤਰਾ ਤੱਕ ਹੀ ਆਪਣਾ ਸਾਥ ਦਿੰਦੇ ਹੈਗੇ ਆ, ਪਰ ਆਪਣੇ ਨਾਲ ਨਹੀਂ ਜਾਂਦੇ, ਅਤੇ ਆਪਣੇ ਸਾਰੇ ਅਰੇਂਜਮੈਂਟ ਕਰਦੇ ਆਪਣੀ ਆਖਰੀ ਯਾਤਰਾ ਦੇ। ਅਤੇ ਜਿਹੜੀ ਪਹਿਲੀ ਵਾਈਫ ਉਹਨਾਂ ਨੇ ਦੱਸਿਆ, ਉਹ ਆਪਣੀ ਸੋਲ ਹੈਗੀ ਆ, ਜਿਹਨੂੰ ਆਪਾਂ ਧਿਆਨ ਹੀ ਨਹੀਂ ਦਿੰਦੇ, ਆਪਾਂ ਆਪਣੀ ਭੱਜ ਨੱਠ 'ਚ ਹੀ ਪਏ ਰਹਿੰਦੇ ਹੈਗੇ, ਅਤੇ ਆਪਾਂ ਉਹਦੇ ਨਾਲ ਇੱਕ ਰਿਲੇਸ਼ਨਸ਼ਿਪ ਨਹੀਂ ਬਣਾਉਂਦੇ। ਇਸ ਕਰਕੇ ਆਪਾਂ ਨੂੰ ਪਹਿਲੀ ਵਾਈਫ ਜਿਹੜੀ ਸੋਲ ਆਪਣੀ, ਉਹਦੇ ਨਾਲ ਆਪਾਂ ਨੂੰ ਬਹਿਣਾ ਚਾਹੀਦਾ, ਉਹਦੀ ਗੱਲ ਸੁਣਨੀ ਚਾਹੀਦੀ, ਅੰਦਰੋਂ ਆਪਣੇ ਨਾਲ ਇੱਕ ਰਿਸ਼ਤਾ ਬਣਾਉਣਾ ਚਾਹੀਦਾ ਹੈਗਾ, ਅਤੇ ਉਹਦੇ 'ਤੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ, ਆਪਾਂ ਨੂੰ ਪ੍ਰੇ ਵਿੱਚ ਜਾਂ ਮੈਡੀਟੇਸ਼ਨ ਵਿੱਚ ਜਾਂ ਉਹਦੇ ਨਾਲ ਗੱਲਬਾਤ ਉਹਦੀ ਸੁਣਨੀ ਚਾਹੀਦੀ ਹੈ ਕਿ ਆਪਾਂ ਇੱਥੇ ਕਿਉਂ ਆਏ ਹਾਂ, ਆਪਣਾ ਪਰਪਸ ਕੀ ਹੈਗਾ ਇੱਥੇ ਆਉਣ ਦਾ ਧਰਤੀ ਦੇ ਉੱਤੇ। ਅਤੇ ਆਪਾਂ ਨੂੰ ਇਹ ਜਦੋਂ ਪਤਾ ਲੱਗ ਜਾਂਦਾ ਆ, ਅਤੇ ਫਿਰ ਆਪਾਂ ਨੂੰ ਇਹ ਆ ਕਿ ਆਪਣੀ ਫੈਮਿਲੀ ਨਾਲ ਵੀ ਆਪਾਂ ਨੂੰ ਟਾਈਮ ਇੰਜੋਏ ਕਰਨਾ ਚਾਹੀਦਾ, ਸਾਰਾ ਕੁਛ ਕਰਨਾ ਚਾਹੀਦਾ ਹੈਗਾ, ਪਰ ਆਪਾਂ ਨੂੰ ਆਪਣੇ ਅੰਦਰ ਦੀ ਆਵਾਜ਼ ਵੀ ਹਮੇਸ਼ਾ ਸੁਣਨੀ ਚਾਹੀਦੀ ਹੈਗੀ ਆ, ਕਿਉਂਕਿ ਇਹਦੇ 'ਚ ਇਹੀ ਕਹਾਣੀ 'ਚੋਂ ਔਥਰ ਸਮਝਾਉਣਾ ਚਾਹ ਰਿਹਾ ਕਿ ਜਿਹੜੀ ਆਪਣੀ ਸੋਲ ਹੈਗੀ ਆ ਉਹ ਕਿੰਨੀ ਇੰਪੋਰਟੈਂਟ ਹੈਗੀ ਆਪਣੇ ਵਾਸਤੇ। ਅਤੇ ਜਿਵੇਂ ਆਪਾਂ ਨੂੰ ਗ੍ਰੰਥਾਂ ਵਿੱਚ ਵੀ ਦੱਸਿਆ ਹੋਇਆ ਕਿ ਜਿਹੜੀ ਬੋਡੀ ਆਪਣਾ ਟੈਂਪਲ ਹੈਗਾ, ਅਤੇ ਆਪਾਂ ਨੂੰ ਉਸ ਟੈਂਪਲ ਦਾ ਖਿਆਲ ਰੱਖਣਾ ਚਾਹੀਦਾ ਕਿ ਆਪਾਂ ਕੀ ਆਪਣੇ ਅੰਦਰ ਚੱਲ ਰਿਹਾ ਹੈਗਾ ਇਹਦੇ ਬਾਰੇ ਪਤਾ ਕਰਨਾ ਚਾਹੀਦਾ ਆਪਾਂ ਨੂੰ। ਅਤੇ ਮੈਨੂੰ ਲੱਗਦਾ ਕਿ ਇਹ ਮੈਸੇਜ ਬਹੁਤ ਵਧੀਆ ਹੈਗਾ, ਇਸ ਸਟੋਰੀ ਦਾ ਇਹੀ ਮੈਸੇਜ ਹੈਗਾ ਕਿ ਆਪਾਂ ਨੂੰ ਬਾਹਰਲੀਆਂ ਚੀਜ਼ਾਂ ਦੇ ਉੱਤੇ ਨਹੀਂ ਧਿਆਨ ਰੱਖਣਾ ਚਾਹੀਦਾ, ਆਪਣੀ ਅੰਦਰ ਆਪਣੀ ਸੋਲ ਨੂੰ ਪਿਓਰ ਰੱਖਣਾ ਚਾਹੀਦਾ ਹੈਗਾ। ਅਤੇ ਬਸ ਮੇਰਾ ਅੱਜ ਦਾ ਇੰਨਾ ਹੀ ਮੈਸੇਜ ਸੀ। ਹੋਪ ਕਰਦੀ ਹਾਂ ਤੁਸੀਂ ਵੀ ਇਹ ਸਟੋਰੀ ਲਾਈਕ ਕੀਤੀ ਹੋਣੀ ਆ, ਜੇ ਤੁਸੀਂ ਲਾਈਕ ਕੀਤੀ ਹੈ ਤਾਂ ਆਪਣੀ ਫੈਮਿਲੀਜ਼ ਅਤੇ ਫਰੈਂਡਾਂ ਨੂੰ ਸ਼ੇਅਰ ਕਰੋ। ਅਤੇ ਆਪਾਂ ਹੁਣ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ, ਉਦੋਂ ਤੱਕ ਵਾਸਤੇ ਥੈਂਕ ਯੂ, ਬਾਏ।